ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਤੇ। ਔਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਕੁਝ ਨਵੀਂ ਅਪਡੇਟਸ ਲੈ ਕੇ ਉਹਨਾਂ ਵਿਦਿਆਰਥੀਆਂ ਬਾਰੇ, ਉਹਨਾਂ ਪੇਰੈਂਟਸ ਬਾਰੇ, ਉਹਨਾਂ ਪੇਰੈਂਟਸ ਦੇ ਲਈ, ਉਹਨਾਂ ਬੱਚਿਆਂ ਦੇ ਲਈ, ਵਿਦਿਆਰਥੀਆਂ ਲਈ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਾਈ ਕਰਕੇ ਸੈਟਲ ਹੋਣ ਦੇ ਸੁਪਨੇ ਵੇਖ ਰਹੇ ਸੀ। ਸੋ ਬਹੁਤ ਲੰਬੇ ਸਮੇਂ ਬਾਅਦ ਅਸੀਂ ਇਸ ਮੰਚ 'ਤੇ ਦੁਬਾਰਾ ਹਾਜ਼ਰ ਹੋਏ ਹਾਂ, ਕਿਉਂਕਿ COVID-19 ਕਰਕੇ ਥੋੜ੍ਹਾ ਜਿਹਾ ਬ੍ਰੇਕ ਲਗਾਈ ਗਈ ਸੀ ਇਹਨਾਂ ਚੀਜ਼ਾਂ ਦੇ, ਕਿਉਂਕਿ ਇੰਟਰਨੈਸ਼ਨਲ ਫਲਾਈਟਸ ਨਹੀਂ ਚੱਲ ਰਹੀਆਂ ਸੀ, ਬਾਹਰਲੇ ਦੇਸ਼ਾਂ ਤੋਂ ਵੀਜ਼ੇ ਗ੍ਰਾਂਟ ਨਹੀਂ ਹੋ ਰਹੇ ਸੀ, ਅਜੇ ਬੱਚਿਆਂ ਨੂੰ ਨਹੀਂ ਬੁਲਾਇਆ ਜਾ ਰਿਹਾ ਸੀ। ਪਰ ਜਦੀ ਇਹ ਖਬਰ ਆਈ ਕਿ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਨ ਜਾਣਾ ਚਾਹੁੰਦੇ ਨੇ ਉਹ ਫਲਾਈ ਕਰ ਸਕਦੇ ਨੇ, ਆਪਣੀ ਡ੍ਰੀਮ ਡੈਸਟੀਨੇਸ਼ਨ ਕੰਟਰੀ ਤੱਕ ਪਹੁੰਚ ਸਕਦੇ ਨੇ, ਤੇ ਸਾਡਾ ਫਰਜ਼ ਬਣਦਾ ਸੀ ਕਿ ਤੁਹਾਨੂੰ ਇੱਕ ਵਾਰ ਫਿਰ ਤੋਂ ਰੂਬਰੂ ਕਰਵਾਈਏ ਉਹਨਾਂ ਮਾਹਰ ਕੰਸਲਟੈਂਟਸ ਦੇ ਨਾਲ ਜਿਹੜੇ ਤੁਹਾਡੇ ਬਾਹਰ ਜਾਣ ਦੇ ਸੁਪਨੇ ਨੂੰ ਪੂਰੇ ਕਰ ਸਕਦੇ ਨੇ। ਸੋ ਗੱਲ ਜੇ ਕੈਨੇਡਾ ਦੀ ਕਰ ਲਈਏ ਤਾਂ ਬਹੁਤ ਵੱਡੇ ਬਦਲਾਵ ਆ ਗਏ ਨੇ। ਜੇ US ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ ਤਾਂ ਬਹੁਤ ਪੋਜ਼ਿਟਿਵ ਨਤੀਜੇ ਆ ਰਹੇ ਨੇ। UK ਦੀ ਗੱਲ ਕਰ ਲਈਏ ਤਾਂ ਵੀਜ਼ਾ ਆ ਰਹੇ ਨੇ, ਨਾਲ ਦੀ ਨਾਲ ਰਿਫਿਊਜ਼ਲਸ ਵੀ ਆ ਰਹੀਆਂ ਨੇ। ਕਿੰਨਾ ਬੱਚਿਆਂ ਦੀ ਰਿਫਿਊਜ਼ਲਸ ਆ ਰਹੀਆਂ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਮਾਹਰ JP ਸਿੰਘ ਹੋਣੀ। TV ਸਕਰੀਨ ਦਾ ਨੰਬਰ ਚੱਲ ਰਿਹਾ ਜੀ 9172-3111, 9172-4111, ਦੋਹਾਂ ਨੰਬਰਾਂ ਵਿੱਚੋਂ ਕਿਸੇ ਨੰਬਰ 'ਤੇ ਵੀ ਕਾਲ ਕਰਕੇ ਤੁਸੀਂ ਆਪਣੇ ਬਾਰੇ ਜਾਂ ਆਪਣੇ ਬੱਚੇ ਦੇ ਭਵਿੱਖ ਬਾਰੇ ਪਤਾ ਕਰ ਸਕਦੇ ਹੋ। JP ਸਿੰਘ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਮਨੀਸ਼ ਜੀ, ਧੰਨਵਾਦ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਦੇ ਨਾਲ ਨਾਲ ਜਲੰਧਰ ਵਿੱਚ ਵੀ ਆਪਣੀ ਸਰਵਿਸਿਜ਼ ਦੇ ਰਹੀ ਨੇ, ਔਰ ਨਾਲ ਦੀ ਨਾਲ ਹੁਣ ਮਾਲਵੇ ਦੇ ਵਿਦਿਆਰਥੀ, ਮਾਲਵੇ ਦੇ ਬੱਚੇ, ਮਾਲਵੇ ਦੇ ਪੇਰੈਂਟਸ ਜੇਕਰ ਵੀਜ਼ਾ ਮਾਹਰ JP ਸਿੰਘ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤਾਂ ਹਰ ਸ਼ਨੀਵਾਰ ਵਾਲੇ ਦਿਨ ਮੋਗਾ ਦੇ ਵਿੱਚ ਮਿਲ ਸਕਦੇ ਨੇ, ਹੋਟਲ ਬਿਗ ਬੈਨ ਦੇ ਵਿੱਚ। ਸੋ ਮੋਗਾ ਦੇ ਵਿੱਚ ਹੋਟਲ ਬਿਗ ਬੈਨ 'ਚ ਹਰ ਸ਼ਨੀਵਾਰ ਵਾਲੇ ਦਿਨ ਮਿਲ ਸਕਦੇ ਨੇ। ਨੰਬਰ ਜਿਹੜਾ TV ਸਕਰੀਨ 'ਤੇ ਚੱਲ ਰਿਹਾ ਉਸ ਨੰਬਰ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਫਿਕਸ ਕਰ ਲਓ। ਔਰ ਕੈਨੇਡਾ, UK, US, ਆਸਟ੍ਰੇਲੀਆ ਕਿਸੇ ਵੀ ਮੁਲਕ ਵਿੱਚ ਤੁਸੀਂ ਬੱਚਿਆਂ ਨੂੰ ਟਰੈਵਲ ਕਰਵਾਉਣਾ ਚਾਹੁੰਦੇ ਹੋ, ਵੀਜ਼ੇ ਲੈਣਾ ਚਾਹੁੰਦੇ ਹੋ ਤਾਂ ਮੌਕੇ 'ਤੇ ਆ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੋ ਤਬਦੀਲੀਆਂ ਆਈਆਂ ਨੇ, ਕੈਨੇਡਾ ਤੋਂ ਸ਼ੁਰੂ ਕਰ ਲੈਂਦੇ ਹਾਂ। ਸੋ ਕੈਨੇਡਾ ਦੀ ਗੱਲ ਕਰ ਲਈਏ ਤਾਂ ਬਹੁਤ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀ ਕਿ 2-step ਅਪਰੂਵਲ ਦੇ ਵਿੱਚ ਵੀਜ਼ੇ ਮਿਲਣਗੇ, ਪਹਿਲਾਂ AIP ਆਊਗਾ, ਉਸ ਤੋਂ ਬਾਅਦ ਜਦੋਂ ਹਾਲਾਤ ਸੁਧਰਨਗੇ ਫਿਰ ਪਾਸਪੋਰਟ ਰਿਕੁਐਸਟਾਂ ਆਉਣਗੀਆਂ, ਫਿਰ ਬੱਚੇ ਦੇ ਪਾਸਪੋਰਟ ਦੇ ਸਟੈਂਪ ਲੱਗੂਗੀ, ਫਿਰ ਬਾਇਓਮੈਟ੍ਰਿਕਸ ਹੋਣਗੇ, ਫਿਰ ਬੱਚਾ ਟਰੈਵਲ ਕਰ ਪਾਊਗਾ। ਜਿਸ ਕਰਕੇ ਵੀਜ਼ਾ ਤਾਂ ਬਹੁਤ ਆ ਗਏ ਪਰ ਬੱਚੇ ਡਰਦੇ ਸੀ ਕਿ ਅਸੀਂ ਟਰੈਵਲ ਪਤਾ ਨਹੀਂ ਕਦੋਂ ਕਰ ਪਾਵਾਂਗੇ, ਇਹਨਾਂ ਨੂੰ ਡੇਟਸ ਕਲੀਅਰ ਨਹੀਂ ਹੋ ਰਹੀਆਂ ਸੀ। ਪਰ ਜੋ ਲਾਸਟ ਵੈਬੀਨਾਰ ਹੋਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਜਿਹੜਾ ਵੀ ਬੱਚਾ ਕੈਨੇਡਾ ਲਈ ਅਪਲਾਈ ਕਰੂਗਾ ਉਹਨੂੰ 2-step ਅਪਰੂਵਲ ਦੇ ਵਿੱਚ ਨਹੀਂ ਹੋ ਕੇ ਜਾਣਾ ਪਊਗਾ, ਉਹਨੂੰ ਜਾਂ ਤਾਂ ਵੀਜ਼ਾ ਮਿਲੂਗਾ ਜਾਂ ਉਹਨੂੰ ਰਿਫਿਊਜ਼ਲ ਮਿਲੂਗੀ। ਸੋ ਇਹ ਇੱਕ ਪੋਜ਼ਿਟਿਵ ਸਾਈਨ ਆ ਉਹਨਾਂ ਬੱਚਿਆਂ ਲਈ ਜਿਹੜੇ ਪੰਜਾਬ ਤੋਂ ਕੈਨੇਡਾ ਜਾਣਾ ਚਾਹੁੰਦੇ ਸੀ। ਔਰ ਵੈਸੇ ਵੀ ਜਿਹੜੇ ਉੱਥੋਂ ਦੇ ਜਸਟਿਨ ਟਰੂਡੋ ਉਹਨਾਂ ਦਾ ਬਿਆਨ ਆਇਆ ਸੀ ਕਿ ਅਸੀਂ ਕਰੀਬ 12 ਲੱਖ ਤੋਂ ਵੱਧ ਬੰਦਿਆਂ ਨੂੰ ਵੱਖ ਵੱਖ ਮੁਲਕਾਂ ਤੋਂ ਲੈ ਕੇ ਜਾਵਾਂਗੇ ਆਪਣੇ ਕੈਨੇਡਾ ਦੇ ਵਿੱਚ। ਸੋ ਵੀ ਇੱਕ ਪੋਜ਼ਿਟਿਵ ਚੀਜ਼ ਆ ਉਹਨਾਂ ਬੱਚਿਆਂ ਲਈ ਜਿਹੜੇ ਪੰਜਾਬ ਤੋਂ ਬਾਹਰ ਪੜ੍ਹਨ ਜਾਣਾ ਚਾਹੁੰਦੇ ਨੇ। ਆਉਣ ਵਾਲਾ ਫਿਊਚਰ ਕਿਵੇਂ ਦੇਖਦੇ ਹੋ? ਅੱਜ ਆਪਾਂ ਨਵੰਬਰ ਦੇ ਵਿੱਚ ਬੈਠੇ ਹਾਂ, ਤਾਂ ਨਵੰਬਰ ਨਾ ਗਿਆ, ਜਨਵਰੀ ਸੈਸ਼ਨ ਨੂੰ ਕਿਵੇਂ ਦੇਖਦੇ ਹੋ ਔਰ ਮਾਰਚ ਸੈਸ਼ਨ ਨੂੰ ਕਿਵੇਂ ਦੇਖਦੇ ਹੋ? ਕੀ ਲੱਗਦਾ ਕਿ ਬੱਚਿਆਂ ਦੇ ਵੀਜ਼ੇ ਆ ਜਾਣਗੇ ਔਰ ਬੱਚੇ ਟਰੈਵਲ ਕਰ ਜਾਣਗੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ? ਸੋ COVID-19 ਦੀ ਮਹਾਮਾਰੀ ਤੋਂ ਬਾਅਦ ਕੁਝ ਸਮੇਂ ਦੀ ਬ੍ਰੇਕ ਲੱਗੀ ਸੀ ਸਾਡੀ ਜ਼ਿੰਦਗੀ ਦੇ ਵਿੱਚ, ਔਰ ਇੱਕ ਔਖੇ ਦੌਰ 'ਚੋਂ ਨਿਕਲ ਕੇ ਹੁਣ ਚੰਗੇ ਸਮੇਂ ਵੱਲ ਅਸੀਂ ਵੱਧ ਰਹੇ ਹੈਗੇ ਹਾਂ। ਸੋ ਕੈਨੇਡਾ ਦੇ ਹੁਣ ਰਿਜ਼ਲਟ ਜਿਹੜੇ ਉਹ ਪੋਜ਼ਿਟਿਵ ਆਉਣੇ ਸ਼ੁਰੂ ਹੋ ਗਏ ਨੇ, ਔਰ ਇਸ ਵੇਲੇ ਜਾਂ ਤਾਂ ਬੱਚੇ ਦੀ ਸਿੱਧੀ ਅਪਰੂਵਲ ਆ ਰਹੀ ਹੈ ਅਤੇ ਜਾਂ ਰਿਫਿਊਜ਼ਲ ਆ ਰਹੀ ਹੈ, ਔਰ ਜਿਹੜੇ ਵੀ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਆ ਉਹਦਾ ਵੀਜ਼ਾ ਜਿਹੜਾ ਉਹ ਜ਼ਰੂਰ ਇਸ ਵੇਲੇ ਅਪਰੂਵ ਹੋ ਰਿਹਾ। ਸੋ ਬਹੁਤ ਸਾਰੇ ਬੱਚੇ ਉਹ ਸੀ ਜਿਨ੍ਹਾਂ ਦੇ ਪਹਿਲਾਂ ਬਾਇਓਮੈਟ੍ਰਿਕ ਹੋਏ ਸੀ, ਕਿਸੇ ਕਾਰਨ ਉਹਨਾਂ ਦਾ ਵੀਜ਼ਾ ਰਿਫਿਊਜ਼ ਸੀ, ਦੁਬਾਰਾ ਵੀ ਉਹਨਾਂ ਦਾ ਅਪਲਾਈ ਕੀਤਾ ਅਤੇ ਉਹਨਾਂ ਨੂੰ ਪਾਸਪੋਰਟ ਰਿਕੁਐਸਟ ਜਿਹੜੀਆਂ ਉਹ ਆ ਗਈਆਂ ਹੈਗੀਆਂ। ਔਰ ਬਹੁਤ ਸਾਰੇ ਬੱਚਿਆਂ ਦੇ ਤੁਸੀਂ ਹੁਣ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਹੋਊਗਾ, ਔਰ ਜਿਹੜੇ ਵੀਜ਼ੇ ਆ ਉਹ ਅਪਰੂਵ ਹੋ ਕੇ ਪਾਸਪੋਰਟ 'ਤੇ ਲੱਗ ਕੇ ਆਉਣੇ ਸ਼ੁਰੂ ਹੋ ਗਏ ਨੇ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਅੰਮ੍ਰਿਤਸਰ ਜਲੰਧਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸੀ। ਮਾਲਵੇ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਨੂੰ ਰਿਸਪੋਂਸ ਮਿਲਿਆ ਇਸ COVID-19 ਦੇ ਦਰਮਿਆਨ, ਔਰ ਅਸੀਂ ਜਿਹੜੇ ਸਾਡਾ ਸਕਸੈਸ ਰੇਟਸ ਜ਼ਿਆਦਾ ਸਕਸੈਸ ਸਟੋਰੀਜ਼, ਮਾਲਵੇ ਏਰੀਏ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਵੀਜ਼ਾ ਅਪਰੂਵ ਹੋਏ, ਔਰ ਬਹੁਤ ਸਾਰੇ ਕਲਾਇੰਟ ਜਿਹੜੇ ਉਹ ਟਰੈਵਲ ਨਹੀਂ ਕਰ ਪਾਉਂਦੇ ਸੀ ਅਤੇ ਉਹਨਾਂ ਨੂੰ ਅਸੀਂ ਫੈਸਿਲਿਟੀ ਦੇਣ ਲਈ ਹਰ ਸ਼ਨੀਵਾਰ ਜਿਹੜਾ ਹੈਗਾ ਮੋਗਾ ਦੇ ਵਿੱਚ ਮੈਂ ਖੁਦ ਅਤੇ ਮੇਰੀ ਟੀਮ ਮੇਰੇ ਨਾਲ ਆਇਆ ਕਰੇਗੀ। ਸੋ ਮਾਲਵੇ ਏਰੀਏ ਦੇ ਕੋਈ ਵੀ ਸਟੂਡੈਂਟ ਕੈਨੇਡਾ, UK, ਆਸਟ੍ਰੇਲੀਆ, ਕਿਸੇ ਵੀ ਕੰਟਰੀ ਬਾਰੇ ਕੋਈ ਵੀ ਸਲਾਹ ਲੈਣਾ ਚਾਹੁੰਦੇ ਆ ਅਤੇ 21 ਨਵੰਬਰ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ, ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਮਿਲ ਸਕਦੇ ਹੋ। ਮਿਲਣ ਤੋਂ ਪਹਿਲਾਂ ਤੁਸੀਂ ਜਿਹੜਾ ਨੰਬਰ ਸਕਰੀਨ 'ਤੇ ਡਿਸਪਲੇ ਹੋ ਰਿਹਾ ਹੈਗਾ ਇਹਦੇ 'ਤੇ ਆਪਣੀ ਅਪੁਆਇੰਟਮੈਂਟ ਫਿਕਸ ਕਰੋ ਤਾਂ ਕਿ ਤੁਹਾਨੂੰ ਉਹੀ ਟਾਈਮ ਦਿੱਤਾ ਜਾਵੇ ਜਿਹੜੇ ਟਾਈਮ 'ਤੇ ਤੁਸੀਂ ਆ ਕੇ ਤੁਹਾਨੂੰ ਕੋਈ ਵੀ ਵੇਟ ਨਾ ਕਰਨੀ ਪਵੇ, ਸਿੱਧਾ ਤੁਸੀਂ ਆ ਕੇ ਮਿਲ ਸਕਦੇ ਹੋ। ਦੂਸਰਾ, ਜਿਹੜੇ ਵੀ ਸਟੂਡੈਂਟ ਇਸ ਹੋਟਲ ਦੇ ਵਿੱਚ, ਮੋਗਾ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਹੋਟਲ ਬਿਗ ਬੈਨ, ਉੱਥੇ ਆਉਣ ਲਈ ਤੁਸੀਂ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ, ਆਪਣੇ ਐਜੂਕੇਸ਼ਨ ਡਾਕੂਮੈਂਟ ਮਸਟ ਨਾਲ ਲੈ ਕੇ ਆਓ, ਕਿਉਂਕਿ ਜੇਕਰ ਤੁਸੀਂ ਆਪਣੇ ਐਜੂਕੇਸ਼ਨ ਡਾਕੂਮੈਂਟ ਲੈ ਕੇ ਆਓ
ਉਹਨਾਂ ਨੂੰ ਚੈੱਕ ਕਰਕੇ ਹੀ ਮੈਂ ਤੁਹਾਨੂੰ ਸਹੀ ਗਾਈਡ ਕਰ ਪਾਵਾਂਗਾ ਕਿ ਤੁਸੀਂ ਕਿਸ ਕਾਲਜ ਕਿਸ ਕੋਰਸ ਦੇ ਵਿੱਚ ਜਾ ਸਕਦੇ ਹੋ, ਕਿਉਂਕਿ ਇੱਕ ਚੰਗਾ ਕਾਲਜ ਔਰ ਇੱਕ ਚੰਗੇ ਕੋਰਸ ਦੀ ਸਿਲੈਕਸ਼ਨ ਤਾਂ ਹੀ ਹੋ ਸਕਦੀ ਹੈ ਜੇਕਰ ਤੁਹਾਡੇ ਡਾਕੂਮੈਂਟ ਤੁਹਾਡੇ ਹੱਥ ਦੇ ਵਿੱਚ ਹੋਣਗੇ। ਆਪਣੇ ਓਰੀਜਨਲ ਡਾਕੂਮੈਂਟ ਨਾਲ ਲੈ ਕੇ ਆਓ, ਮੌਕੇ ਤੇ ਹੀ ਅਸੈਸਮੈਂਟ ਕਰਕੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਏਗੀ। 21 ਨਵੰਬਰ ਨੂੰ ਜਿਹੜਾ ਇਹ ਸੈਮੀਨਾਰ ਹੈਗਾ, ਇਹਦੇ ਵਿੱਚ ਆਉਣ ਦੇ ਬੈਨੀਫਿਟਸ ਕੀ ਹੈਗੇ ਨੇ ਕਿ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ, ਸਪੈਸ਼ਲੀ ਕੈਨੇਡਾ ਜਾਣਾ ਚਾਹੁੰਦੇ ਆ, ਬਹੁਤ ਸਾਰੇ ਕਾਲਜ ਅਸੀਂ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ $4,000 ਤੋਂ ਲੈ ਕੇ $5,000 ਤੱਕ ਦੀ ਸਕਾਲਰਸ਼ਿਪ ਤੁਹਾਨੂੰ ਦਿੱਤੀ ਜਾਏਗੀ। ਮੌਕੇ ਤੇ ਹੀ ਆਫਰ ਲੈਟਰ ਦਿੱਤੀ ਜਾਏਗੀ, ਤੁਹਾਨੂੰ ਕੋਈ 15-20 ਦਿਨ ਜਾਂ 1 ਮਹੀਨਾ ਵੇਟ ਕਰਨ ਦੀ ਜ਼ਰੂਰਤ ਨਹੀਂ। ਔਰ ਬਹੁਤ ਸਾਰੇ ਇਹੋ ਜਿਹੇ ਕਾਲਜ ਨੇ ਜਿਨ੍ਹਾਂ ਦੀ ਔਨ ਦੀ ਸਪੋਟ LOA ਦਿੱਤੀ ਜਾਏਗੀ, ਯਾਨੀ ਕਿ ਵਿਦ ਇਨ 1 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਉੱਥੇ ਬੈਠਿਆਂ ਹੀ ਤੁਹਾਡੀ LOA ਮਿਲ ਜਾਏਗੀ। ਔਰ ਨਾਲ ਦੀ ਨਾਲ ਹੀ ਤੁਸੀਂ CAQ ਅਪਲਾਈ ਕਰਕੇ ਆਪਣਾ ਵੀਜ਼ਾ ਦਾ ਪ੍ਰੋਸੈਸ ਕਰ ਸਕਦੇ ਹੋ। ਸੋ ਹਰ ਹਫਤੇ ਸ਼ਨੀਵਾਰ ਵਾਲੇ ਦਿਨ ਜਿਹੜਾ 21 ਨਵੰਬਰ ਤੋਂ ਅਸੀਂ ਸਟਾਰਟ ਕਰ ਰਹੇ ਹਾਂ। ਮਾਲਵੇ ਏਰੀਏ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਸੀ ਜਿਹੜੇ ਜਲੰਧਰ ਟਰੈਵਲ ਨਹੀਂ ਕਰ ਸਕਦੇ, ਅੰਮ੍ਰਿਤਸਰ ਨਹੀਂ ਆ ਸਕਦੇ, ਸੋ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਵੀ ਆਪਣੀ ਵਿਜ਼ਿਟ ਜਿਹੜੀ ਉਹ ਸ਼ੁਰੂ ਕਰੋ। ਸੋ ਮਾਲਵੇ ਦੇ ਲੋਕਾਂ ਦੀ ਮੰਗ ਤੇ ਅਸੀਂ ਖੁਦ ਜਿਹੜਾ ਹੁਣ 21 ਨਵੰਬਰ ਤੋਂ ਸ਼ੁਰੂਆਤ ਕਰ ਰਹੇ ਹਾਂ। ਸੋ ਤੁਹਾਨੂੰ ਹਰ ਹਫਤੇ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਦੇਵਾਂਗੇ, ਤੁਹਾਨੂੰ ਆਫਰ ਲੈਟਰ, ਤੁਹਾਡੀ ਵੀਜ਼ਾ ਦਾ ਪ੍ਰੋਸੈਸ, ਤੁਹਾਡੀ ਫਾਈਲਿੰਗਸ ਵਗੈਰਾ ਸਾਰਾ ਕੁਝ ਹੀ ਤੁਹਾਨੂੰ ਉੱਥੇ ਹੀ ਮਿਲੇਗਾ। ਸੋ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਉੱਥੇ ਫੈਸਿਲਿਟੀਜ਼ ਦੇ ਰਹੇ ਹਾਂ। ਸੋ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ, 21 ਨਵੰਬਰ ਵਾਲੇ ਦਿਨ ਉੱਥੇ ਆਪਣੇ ਡਾਕੂਮੈਂਟ ਲੈ ਕੇ ਆਉਣ, ਮੌਕੇ ਤੇ ਹੀ ਆਫਰ ਲੈਟਰ ਔਰ LOA ਲੈ ਸਕਦੇ ਆ। ਸੋ ਜਿਹੜੇ ਵਿਦਿਆਰਥੀਆਂ ਦੇ 6E ਬੈਂਡ ਨੇ ਉਹਨਾਂ ਲਈ ਖਾਸ ਤੌਰ ਤੇ ਸਕਾਲਰਸ਼ਿਪ ਪ੍ਰੋਗਰਾਮ ਕਾਫੀ ਸਾਰੇ ਕਾਲਜਾਂ ਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ $4,000 ਤੋਂ ਲੈ ਕੇ $5,000 ਦੀ ਸਕਾਲਰਸ਼ਿਪ ਹੈ। ਜੇਕਰ ਮੈਂ ਫੀਸ ਦੀ ਰੇਂਜ ਦੀ ਗੱਲ ਸ਼ੁਰੂ ਕਰਾਂ ਤੇ 3 ਲੱਖ ਤੋਂ 1 ਸਾਲ ਦੀ ਫੀਸ ਸਟਾਰਟ ਹੋ ਜਾਂਦੀ ਹੈ ਔਰ ਮੈਕਸੀਮਮ ਸਾਡੇ ਕੋਲ 5 ਲੱਖ ਤੱਕ 1 ਸਾਲ ਦੀ ਫੀਸ ਦੇ ਕਾਲਜ ਹੈਗੇ, ਯਾਨੀ ਕਿ ਬਹੁਤ ਹੀ ਘੱਟ ਬਜਟ ਦੇ ਵਿੱਚ ਤੁਸੀਂ ਕੈਨੇਡਾ ਦੇ ਸਰਕਾਰੀ ਕਾਲਜ ਦੇ ਵਿੱਚ ਜਾ ਸਕਦੇ ਹੋ ਜਿੱਥੇ ਤੁਹਾਨੂੰ 2 ਸਾਲ ਦੀ ਸਟੱਡੀ ਕਰਨ ਤੋਂ ਬਾਅਦ 3 ਸਾਲ ਦਾ ਜਿਹੜਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਦੂਸਰਾ, ਜਿਹੜੇ ਵਿਦਿਆਰਥੀ ਵਿਦਆਊਟ ਆਇਲਸ ਜਾਣਾ ਚਾਹੁੰਦੇ ਨੇ ਉਹਨਾਂ ਲਈ ਦੂਜੀ ਡੈਸਟੀਨੇਸ਼ਨ ਕੰਟਰੀ UK ਆ ਜਿੱਥੇ ਵਿਦਆਊਟ ਆਇਲਸ ਤੁਸੀਂ ਜਾ ਸਕਦੇ ਹੋ। USA ਦੇ ਵਿੱਚ ਵੀ ਹੁਣ ਬਹੁਤ ਸਾਰੇ ਪੋਜ਼ਿਟਿਵ ਨਤੀਜੇ ਆ ਰਹੇ ਨੇ, ਜੇਕਰ ਤੁਸੀਂ USA ਜਾਣਾ ਚਾਹੁੰਦੇ ਹੋ ਤੇ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ, ਕਿਸੇ ਵੀ ਤਰ੍ਹਾਂ ਦੇ ਕੋਈ ਚਾਰਜਸ ਪਹਿਲਾਂ ਨਹੀਂ ਪੇ ਕਰਨੇ, ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ, ਕੋਈ I20 ਦੇ ਚਾਰਜਸ ਨਹੀਂ ਦੇਣੇ, ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਤੇ ਤੁਸੀਂ USA ਵੀ ਵਿਦਆਊਟ ਆਇਲਸ ਜਾ ਸਕਦੇ। ਵਿਦਆਊਟ ਆਇਲਸ ਜਾਣ ਦਾ ਮਤਲਬ ਇਹ ਨਹੀਂ ਕਿ ਹਰ ਤਰ੍ਹਾਂ ਦਾ ਬੱਚਾ ਚੱਲ ਜਾਏਗਾ, ਉਹੀ ਬੱਚਾ USA ਜਾ ਸਕਦਾ ਜਿਹੜਾ ਇੰਗਲਿਸ਼ ਬੋਲ ਸਕਦਾ, ਇੰਗਲਿਸ਼ ਸਮਝ ਸਕਦਾ। 1 ਮਿੰਟ ਦੀ ਇੰਟਰਵਿਊ ਜਿਹੜੀ ਵੀਜ਼ਾ ਆਫੀਸਰ ਨੇ ਤੁਹਾਡੀ ਲੈਣੀ ਹੈ, ਜੇਕਰ ਤੁਸੀਂ ਇੰਟਰਵਿਊ ਕਲੀਅਰ ਕਰ ਜਾਂਦੇ ਤਾਂ ਤੁਹਾਡਾ ਵੀਜ਼ਾ ਜ਼ਰੂਰ ਅਪਰੂਵ ਹੋਏਗਾ। ਸੋ ਇਸ ਟਾਈਮ ਤੇ USA ਦੇ ਵੀ ਰਿਜ਼ਲਟ ਬਹੁਤ ਵਧੀਆ ਆ ਰਹੇ। ਜੇਕਰ UK ਦੀ ਗੱਲ ਕਰਾਂ ਤੇ ਜਿਹੜੇ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੀਤੀ ਆ, ਸਟੱਡੀ 'ਚ 5 ਸਾਲ ਦਾ ਗੈਪ ਆ, ਆਪਣੇ ਸਪਾਊਸ ਆਪਣੇ ਬੱਚਿਆਂ ਦੇ ਨਾਲ UK ਜਾਣਾ ਚਾਹੁੰਦੇ ਆ, ਸੋ ਉਹ ਸਟੂਡੈਂਟ ਵੀ ਇਸ ਸੈਮੀਨਾਰ ਦਾ ਹਿੱਸਾ ਬਣ ਸਕਦੇ। 21 ਨਵੰਬਰ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਸੈਮੀਨਾਰ ਕਰਵਾਇਆ ਜਾ ਰਿਹਾ। ਔਰ ਸੈਮੀਨਾਰ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਨੰਬਰ ਸਕਰੀਨ 'ਤੇ ਡਿਸਪਲੇ ਹੋ ਰਿਹਾ ਇਹਦੇ 'ਤੇ ਕਾਲ ਕਰਕੇ ਆਪਣੀ ਸੀਟ ਬੁੱਕ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਮਿਲਣ ਲੱਗਿਆਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਦਰਸ਼ਕਾਂ ਨੂੰ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਮਾਹਰ JP ਸਿੰਘ ਹੁਣੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਸੋ ਜਿਹੜੇ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਨੇ, ਖੁਸ਼ਖਬਰੀ ਉਹਨਾਂ ਬੱਚਿਆਂ ਦੇ ਲਈ ਕਿ ਕੈਨੇਡਾ ਦਾ ਜਿਹੜਾ ਹਾਈ ਕਮਿਸ਼ਨ ਵੱਲੋਂ IRCC ਵੱਲੋਂ ਇੱਕ ਵੈਬੀਨਾਰ ਕੀਤਾ ਗਿਆ ਸੀ, ਇਨਫੋਰਮੇਸ਼ਨ ਪਹੁੰਚਾਈ ਗਈ ਸੀ ਪੰਜਾਬ ਦੇ ਕੰਸਲਟੈਂਟਸ ਤੱਕ ਕਿ ਹੁਣ ਜਿਹੜੇ ਵੀ ਵਿਦਿਆਰਥੀ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ 2-ਸਟੈਪ ਅਪਰੂਵਲ ਦੇ ਵਿੱਚੋਂ ਨਹੀਂ ਗੁਜ਼ਰਨਾ ਪਊਗਾ, ਕੋਈ AIP ਇਸ਼ੂ ਨਹੀਂ ਹੋਊਗੀ। ਹੁਣ ਸਿੱਧਾ ਸਿੱਧਾ ਵੀਜ਼ੇ ਇਸ਼ੂ ਹੋਣਗੇ। ਜਿਹੜਾ ਬੱਚਾ ਹੁਣ ਆਪਣੀ ਫਾਈਲ ਸਬਮਿਟ ਕਰੂਗਾ ਆਨਲਾਈਨ, ਉਹਦਾ ਜਾਂ ਤਾਂ ਵੀਜ਼ਾ ਆਊਗਾ ਜਾਂ ਰਿਫਿਊਜ਼ਲ ਆਊਗੀ। ਯਾਨੀ ਜਿਵੇਂ ਪਹਿਲਾਂ ਚੱਲਦਾ ਸੀ ਕੈਨੇਡਾ ਦੇ ਬੱਚਿਆਂ ਲਈ, ਉਵੇਂ ਹੀ ਹੁਣ ਫਿਰ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ। ਬਹੁਤ ਸਾਰੇ ਬੱਚਿਆਂ ਦੇ ਵੀਜ਼ਾਜ਼ ਆ ਰਹੇ ਨੇ ਔਰ ਜਿਨ੍ਹਾਂ ਦੇ ਵੀਜ਼ਾਜ਼ ਆ ਰਹੇ ਨੇ ਉਹਨਾਂ ਨੂੰ ਆਨਲਾਈਨ ਅਪਰੂਵਲ ਆ ਰਹੀ ਹੈ, ਅਪਰੂਵਲ ਤੋਂ ਬਾਅਦ ਉਹਨਾਂ ਦੀ ਪਾਸਪੋਰਟ ਰਿਕੁਐਸਟ ਆ ਰਹੀ ਹੈ। ਹੁਣ ਬਹੁਤ ਸਾਰੇ ਮਿਸਲੀਡਿੰਗ ਐਡਸ ਤੁਸੀਂ ਜਿਹੜੀਆਂ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ, ਬਹੁਤ ਸਾਰੇ ਕੰਸਲਟੈਂਟ ਤੁਹਾਨੂੰ ਗੁੰਮਰਾਹ ਵੀ ਕਰਦੇ ਹੋਣਗੇ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈ, ਇਲਮ ਨਹੀਂ ਹੈ, ਉਹ ਇਹ ਵੀ ਕਹਿੰਦੇ ਹੋਣਗੇ ਕਿ ਹਜੇ ਤਾਂ VFS ਨਹੀਂ ਖੁੱਲ੍ਹੇ ਜੀ, ਕੈਨੇਡਾ ਤਾਂ ਝੂਠ ਬੋਲਦੇ, ਕੈਨੇਡਾ ਵੀਜ਼ਾ ਲੱਗ ਨਹੀਂ ਸਕਦਾ, VFS ਬਣਦਾ। ਪਰ
ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਜਿਹੜੇ ਵੀ ਬੱਚਿਆਂ ਦੀ ਹੁਣ ਅਪਰੂਵਲਸ ਆ ਰਹੀਆਂ ਨੇ ਆਨਲਾਈਨ, ਉਹਨਾਂ ਨੂੰ ਇੱਕ ਈਮੇਲ ਆ ਰਹੀ ਹੈ। ਉਸ ਈਮੇਲ ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ, ਉਹ ਈਮੇਲ ਹਾਈ ਕਮਿਸ਼ਨ ਦੀ ਈਮੇਲ ਹੁੰਦੀ ਹੈ। ਉਹ ਈਮੇਲ ਤੁਹਾਨੂੰ VFS ਦੇ ਨਾਲ ਜੋੜਦੀ ਹੈ, ਉਹ ਈਮੇਲ ਤੁਹਾਨੂੰ ਕੋਰੀਅਰ ਸਰਵਿਸ ਦੇ ਨਾਲ ਜੋੜਦੀ ਹੈ। ਤੁਹਾਨੂੰ ਇੱਕ ਲਿੰਕ ਮਿਲਦਾ, ਉਸ ਲਿੰਕ ਦੇ ਜ਼ਰੀਏ ਤੁਹਾਡਾ ਪਾਸਪੋਰਟ ਤੁਹਾਡੇ ਘਰੋਂ ਕਲੈਕਟ ਕੀਤਾ ਜਾਂਦਾ ਹੈ। ਉਹਦੇ ਉੱਤੇ ਸਟੈਂਪ ਲੱਗ ਕੇ ਉਹ ਪਾਸਪੋਰਟ ਤੁਹਾਡੇ ਘਰੇ ਹੀ ਪਹੁੰਚਾਇਆ ਜਾਂਦਾ ਹੈ। ਉਹਦੀ ਇੱਕ ਫੀਸ ਉਹ ਚਾਰਜ ਕਰਦੇ, ਮੇਰੇ ਖਿਆਲ 1600-1700 ਰੁਪਏ ਫੀਸ ਆਸ ਪਾਸ ਚਾਰਜ ਹੁੰਦੀ ਹੈ। ਹਾਂ, ਟੂ ਵੇ ਕੋਰੀਅਰ ਉਹ ਹਾਂ, ਵੀ ਉਹ ਹੈ। ਕੋਰੀਅਰ ਕਰਦੇ। ਸੋ ਜਿਨ੍ਹਾਂ ਦੇ ਮਨਾਂ ਦੇ ਵਿੱਚ ਡਰ ਆ, ਜਿਨ੍ਹਾਂ ਦੇ ਮਨਾਂ 'ਚ ਇੱਕ ਵਹਿਮ ਆ ਕਿ ਪਾਸਪੋਰਟ ਤੇ ਸਟੈਂਪ ਨਹੀਂ ਲੱਗਦੀ, ਉਹਨਾਂ ਨੂੰ ਤਰੀਕਾ ਦੱਸਦਾ ਹੈ ਕਿ ਉਸ ਈਮੇਲ ਦੇ ਜ਼ਰੀਏ ਤੁਹਾਡੇ ਘਰੋਂ ਹੀ ਪਾਸਪੋਰਟ ਲਿਆ ਜਾਵੇਗਾ। ਤੁਹਾਡੇ ਘਰੋਂ ਹੀ ਪਾਸਪੋਰਟ ਲੈਣ ਤੋਂ ਬਾਅਦ ਉਸ ਤੇ ਸਟੈਂਪਿੰਗ ਹੋ ਗਈ, ਤੁਹਾਡੇ ਘਰੇ ਹੀ ਪਾਸਪੋਰਟ ਡਿਲੀਵਰ ਕੀਤਾ ਜਾਊਗਾ। ਔਰ 20 ਅਕਤੂਬਰ ਤੋਂ ਬਾਅਦ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਆਏ ਨੇ, ਜਿਨ੍ਹਾਂ ਦੇ ਸਟੈਂਪਾਂ ਲੱਗੀਆਂ ਨੇ ਪਾਸਪੋਰਟ ਦੇ, ਉਹ ਬੱਚੇ ਹੁਣ ਟਰੈਵਲ ਵੀ ਕਰ ਸਕਦੇ ਨੇ। ਸਿਰਫ ਇੱਕੋ ਸ਼ਰਤ ਆ, ਜਿਸ ਕਾਲਜ ਵਿੱਚ ਤੁਸੀਂ ਪੜ੍ਹਨ ਜਾਣਾ ਹੈ ਉਹਦੇ ਕੋਲ COVID-19 ਪਲਾਨ ਹੋਣਾ ਚਾਹੀਦਾ ਹੈ। ਜੇ ਉਹਨਾਂ ਕੋਲ ਪਲਾਨ ਹੈਗਾ ਹੈ, ਉਹ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਆ, ਤੇ ਤੁਸੀਂ 20 ਅਕਤੂਬਰ ਤੋਂ ਬਾਅਦ ਤੁਹਾਡਾ ਵੀਜ਼ਾ ਆਇਆ ਹੈ। ਪਹਿਲਾਂ ਅਸੀਂ ਗੱਲ ਕਰਦੇ ਸੀ ਜਿਹਦਾ 18 ਮਾਰਚ ਤੋਂ ਪਹਿਲਾਂ ਵੀਜ਼ਾ ਹੈ, ਹੁਣ ਗੱਲ ਕਰਦੇ ਆ ਜਿਹਦਾ 20 ਅਕਤੂਬਰ ਤੋਂ ਬਾਅਦ ਲੈਟਰ ਆਈ ਹੈ, ਪਾਸਪੋਰਟ ਤੇ ਸਟੈਂਪ ਲੱਗੀ ਹੈ, ਔਰ ਤੁਹਾਡੇ ਕਾਲਜ ਦੇ ਕੋਲ COVID-19 ਪਲਾਨ ਹੈਗਾ ਹੈ, ਤੁਸੀਂ ਕੈਨੇਡਾ ਜਾ ਸਕਦੇ ਹੋ, ਤੁਸੀਂ ਕੈਨੇਡਾ ਟਰੈਵਲ ਕਰ ਸਕਦੇ ਹੋ। ਬਹੁਤ ਸਾਰੇ ਬੱਚੇ ਜਿਹੜੇ ਆਲਰੇਡੀ ਪਲਾਨ ਕਰ ਰਹੇ ਸੀ ਕਦੋਂ ਸਰਹੱਦਾਂ ਖੁੱਲਣਗੀਆਂ ਉਦੋਂ ਅਸੀਂ ਜਾਵਾਂਗੇ, ਉਹਨਾਂ ਲਈ ਖੁਸ਼ਖਬਰੀ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, ਚਾਹੇ ਤੁਸੀਂ ਅਮਰੀਕਾ ਪੜ੍ਹਨ ਜਾਣਾ, ਚਾਹੇ ਤੁਸੀਂ ਕੈਨੇਡਾ ਪੜ੍ਹਨ ਜਾਣਾ, ਚਾਹੇ ਤੁਸੀਂ ਆਸਟ੍ਰੇਲੀਆ ਪੜ੍ਹਨ ਜਾਣਾ, ਚਾਹੇ ਤੁਸੀਂ UK ਪੜ੍ਹਨ ਜਾਣਾ, 9172-4111, 9172-3111। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਕਿ ਸ਼ਨੀਵਾਰ ਵਾਲੇ ਦਿਨ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਟੀਮ ਮੋਗਾ ਦੇ ਹੋਟਲ ਬਿਗ ਬੈਨ ਵਿੱਚ ਆ ਰਹੀ ਹੈ, ਤੁਸੀਂ ਉੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ। ਅਦਰਵਾਈਜ਼ ਵੀਕ ਡੇਸ ਦੇ ਵਿੱਚ ਤੁਸੀਂ ਇਹਨਾਂ ਨੂੰ ਜਲੰਧਰ ਤੇ ਅੰਮ੍ਰਿਤਸਰ ਆਫਿਸ ਮਿਲ ਸਕਦੇ ਹੋ। ਨੰਬਰ ਸੇਮ ਹੀ ਹੈ ਜੀ, ਉਸ ਤੇ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰ ਲਓ। 9172-3111, 9172-4111। ਜੀ ਪੀ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰ ਲਈ। ਥੈਂਕ ਯੂ ਜੀ, ਧੰਨਵਾਦ।